سمستك ركيا بارمبرم هستكايا ركيا برميس مراها آتم ركيا غوبال سمامي تنجر ركيا جگدیس ورا سرب ركيا غردايا لها اے دوخ بنا سنا قدد بجل يانا
ਮੇਰੇ ਕਹਿ ਰਾਗ ਦੱਸਣ ਦੀ ਲੋੜ ਨਹੀਂ ਸਾਰੇ ਤੁਸੀਂ ਗੁਣੀਜਨ ਬੈਠੇ ਹੋ ਗੀਤ ਨਹੀਂ ਹੈ ਤਬਲਾ ਵਾਦਕ ਇੰਸਟਰੂਮੈਂਟਲ ਵਾਦਕ ਗਾਇਕ ਅਸੀਂ ਬੈਠ ਕੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਸਿਫਤ ਸਲਾਹਣਾ ਅਕਾਲ ਪੁਰਖ ਦੀ ਕੀਰਤੀ ਕਰਨੀ ਹੈ ਹਰ ਰਾਗ ਆਪਣੀ ਆਪਣੀ ਜਗ੍ਹਾ ਮਹੱਤਵ ਰੱਖਦਾ ਹੈ ਉਹਦੀ ਜਰਨੀ ਹੈ ਹਰ ਰਾਗ ਦੀ ਵਿਸ਼ੇਸ਼ਤਾ ਹੈ ਉਹਦੇ 'ਚ ਗੁਣ ਹਨ ਇਸ ਤਰ੍ਹਾਂ ਇਹ ਵੀ ਰਾਗ ਜੋ ਗੁਰੂ ਜਾਨਾਂ ਨੇ ਸਾਧਨਾ ਕੀਤੀ ਜਿਸ ਤਰ੍ਹਾਂ ਬਾਣੀ ਨੂੰ ਇਹ ਨਹੀਂ ਕਿ ਗੁਰੂ ਸਾਹਿਬ ਸੁੱਤੇ ਹੋਏ ਸਨ ਕਿ ਉਹਨਾਂ ਨੂੰ ਸੁਪਨਾ ਆਇਆ ਅਤੇ ਉੱਠ ਕੇ ਬਾਣੀ ਲਿਖ ਦਿੱਤੀ ਨਹੀਂ ਇਹ ਬਾਣੀ ਅਕਾਲੀ ਬਾਣੀ ਹੈ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਬਚਨ ਕਰਦੇ ਹਨ ਜੈਸੀ ਮੈਂ ਆਵਾਂ ਖਸਮ ਕੀ ਕਹਿੰਦੇ ਇਹ ਮੇਰੇ ਬੋਲ ਨਹੀਂ ਅਤੇ ਜੋ ਮੈਨੂੰ ਫੁਰਮਾਨ ਹੋ ਰਿਹਾ ਹੈ ਅਕਾਲ ਪੁਰਖ ਦਾ ਇਹ ਸਪੀਕਰ ਹੈ ਮੂੰਹ ਮੇਰਾ ਖਾਲੀ ਇਹ 'ਚੋਂ ਬ੍ਰੌਡਕਾਸਟ ਹੋ ਰਿਹਾ ਹੈ ਆ ਰਹੀ ਇਹ ਤਾਰ ਜੁੜੀ ਹੈ ਪਰਮੇਸ਼ੁਰ ਨਾਲ ਜਿਸ ਤਰ੍ਹਾਂ ਉਹ ਮੈਨੂੰ ਕਹਿ ਰਹੇ ਹਨ ਮੈਂ ਉਸ ਤਰ੍ਹਾਂ ਤੁਹਾਨੂੰ ਦੱਸ ਰਿਹਾ ਹਾਂ ਔਰ ਇਸੇ ਤਰ੍ਹਾਂ ਸਾਡੇ ਗੁਰੂ ਜਨ ਕਹਿੰਦੇ ਸਨ ਕਹਿੰਦੇ ਮੇਰੇ ਜੋ ਇੰਸਟਰੂਮੈਂਟ ਹਨ ਇਹ ਵੱਜਦੇ ਨਹੀਂ ਇਹ ਗਾਉਂਦੇ ਹਨ ਸੋ ਅਸੀਂ ਇਹਦੇ ਵਿੱਚ ਪ੍ਰੇਮ ਹੈ ਕਿਉਂਕਿ ਬਾਣੀ ਅੰਮ੍ਰਿਤ ਹੈ ਮਿਠਾਸ ਹੈ ਜੋ ਇਹਦੇ ਨਾਲ ਰਾਗ ਐਡ ਹੋ ਜਾਂਦਾ ਹੈ ਤਾਂ ਫਿਰ ਇਹਦੇ ਵਿੱਚ ਪ੍ਰੇਮ ਆ ਜਾਂਦਾ ਹੈ ਪ੍ਰੇਮ ਨਾਲ ਹੀ ਪਰਮੇਸ਼ੁਰ ਨੂੰ ਮਿਲਿਆ ਜਾ ਸਕਦਾ ਹੈ ਸਾਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਅਤੇ ਨਹੀਂ ਪ੍ਰਭ ਪਾਇਓ ਸੋ ਆਪਦੇ ਸਾਹਮਣੇ ਪਹਿਲੋਂ ਪੰਜਵੇਂ ਗੁਰੂ ਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਪਵਿੱਤਰ ਰਸਨਾ ਤੋਂ ਉਚਾਰਨ ਅੰਮ੍ਰਿਤਾ ਪਿਆ ਬ੍ਰਚਨ ਤੁਹਾਰੇ ਅਤਿ ਸੁੰਦਰ ਮਨ ਮੋਹਨ ਰਾਜ ਪਿਆਰੇ ਸਭ ਹੂੰ ਮਦ ਨਿਰਾਰੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਮਨਪ੍ਰੀਤ ਚਰਨ ਕੌਣਾ ਕੋਈ ਦੁਨੀਆਂ ਦੇ ਸੁੱਖ ਨੂੰ ਚਾਹੁੰਦਾ ਹੈ ਲੇਕਿਨ ਜਿਹੜੇ ਮਹਾਂਪੁਰਸ਼ ਹੁੰਦੇ ਹਨ ਉਹ ਦੁਨੀਆਂ ਤੋਂ ਉੱਚੇ ਉੱਠ ਜਾਂਦੇ ਹਨ ਜਦੋਂ ਉੱਚੇ ਉੱਠਦੇ ਹਨ ਤਾਂ ਫਿਰ ਉਹਨਾਂ ਨੂੰ ਕੀ ਮਿਲਦਾ ਹੈ ਕਿ ਜਿੱਥੇ ਆਨੰਦ ਹੈ ਦੁਨੀਆਂ 'ਚ ਮਜ਼ਾ ਹੈ ਮਜ਼ਾ ਸਮੇਂ ਦਾ ਟਾਈਮ ਉਹਦੀ ਬੰਧਨ ਕੋਈ ਲਿਮਿਟ ਹੈ ਕਿ ਇੰਨੇ ਸਮੇਂ ਦਾ ਖਾਣੇ ਪੀਣੇ ਅਸੀਂ ਕੋਈ ਭੋਗਨੇ ਹਾਂ ਉਹ ਸੀਮਾ ਹੈ ਉਹਦੀ ਲਿਮਿਟਡ ਲੇਕਿਨ ਆਨੰਦ ਦੀ ਕੋਈ ਲਿਮਿਟ ਨਹੀਂ ਅਨਲਿਮਿਟਡ ਜਦੋਂ ਉੱਚੇ ਉੱਠਦੇ ਹਨ ਫਿਰ ਉੱਥੇ ਉਹਨਾਂ ਨੂੰ ਉਹ ਮਿਲਦਾ ਹੈ ਤਾਂ ਹੀ ਇਹ ਬਾਣੀ ਤਾਂ ਹੀ ਇਹ ਰਾਗ ਬਣੇ ਸੋ ਇਹ ਆਨੰਦਮਈ ਮਨ ਨੂੰ ਅਸੀਂ ਕੋਸ਼ਿਸ਼ ਕਰੀਏ ਇਕਾਗਰ ਕਰੀਏ ਜਿੰਨਾ ਇਕਾਗਰ ਹੋਏਗਾ ਉਨਾ ਹੀ ਆਪ ਜੀ ਨੂੰ ਸਮਾਂ ਭੁੱਲ ਜਾਏਗਾ ਕਿ ਆਪ ਕਿੱਥੇ ਬੈਠੇ ਹੋ ਜਾਂ ਦੁਨੀਆ ਕਿੱਥੇ ਹੈ ਦੁਨੀਆ ਨੂੰ ਭੁੱਲਣਾ ਹੀ ਆਨੰਦ ਲੈਣਾ ਹੈ ਗੁਰੂ ਨਾਲ ਪ੍ਰੇਮ ਕਰਨਾ ਹੈ ਸੋ ਜੇ ਤਾਰ ਕੁਛ ਟਾਈਮ ਵਾਸਤੇ ਵੀ ਜੁੜ ਜਾਵੇ ਤਾਂ ਇੱਥੇ ਆਉਣਾ ਸਫਲ ਹੋ ਜਾਵੇ ਅੱਗੇ ਜੀ ਰਾਜ ਨਾ ਚਾਹੋ ਮੁਕਤ ਨਾ ਚਾਹੋ ਰਾਜ ਨਾ ਚਾਹੋ ਮੁਕਤ
Rega Mara Magare Rega Mara
بدر
موسيقى
ब्रह्म महेश सिद्ध मुनि इंद्र मोहे ठाकुर ही दर्शारे दीन दुवारा आयो ठाकुर शरण पर्यो संत Sai sada sama
Kamala,
تمارا
Thank you.
ba 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 Bye.
I'm so tired.
करे आप लड़े कड़ी तका में मन चाओ करे राम मन चाओ करे राम सुन प्रभु मेरा मैं तेरा भरवसा दर्शन देख पाई नहीं के जन्म मरण दुख ना सा सगली जो ज्यादा तू सो मिलया पाओ सबा नानक साजन का मन जाये साच मिले कने
Thank you.
ਨਕੀ ਡੰਗਲ ਖਾਲਸਾ ਆਏ ਦੀਦਾਰ ਤਗਾਨੇ ਸੁਣ ਕੇ ਸਭ ਮਹਿਦਾ ਮੇਹੀ ਪਾਣੀ ਕਾ ਹੋ ਮੁਟਣ ਕਿਸੇ ਨਾਲ Ah!
ਸਰਵੇ ਨਿਤ ਸੁਖ ਸੁਖੰਦੀ ਸਮੈ ਪਾਈ ਹਾਂ ਵਰ ਲੋੜਿੰਦਾ ਮਜੀ ਵਧਾਈ ਮਹਾਮੰਗਲ ਰਹਿਸ ਥੀ ਦਿਆਨ ਸਦ ਨਵ ਰੰਗੀਆਂ ਵੱਡ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤਸੰਗੀਆ ਆਸਾ ਮਨਸਾ ਸਗਨ ਪੂਰੀ ਪ੍ਰਾਯੰਕ ਅੰਕ ਮਿਲਾ ਬਿਨ ਮੰਤ ਨਾਨਕ ਸੁਖ ਸੁਖੇ ਕਿਸੇ ਨੂੰ ਸੁਸਤੀ ਆ ਰਹੀ ਹੈ ਸਾਡੇ ਗੁਰੂ ਜਨ ਕਹਿੰਦੇ ਸਨ ਕਿ ਜੇ ਸੁਣਦੇ ਸੁਣਦੇ ਸੌ ਗਿਆ ਇਹਦਾ ਮਤਲਬ ਤੁਸੀਂ ਕੀ ਗਾਇਆ ਕਈ ਜਗ੍ਹਾ ਅਸੀਂ ਜਾਂਦੇ ਹਾਂ ਰਹਿਣ ਸਭਾਈ ਉਹ ਸਾਨੂੰ ਫਿਰ ਟਾਈਮ ਉਦੋਂ ਦਿੰਦੇ ਜਦੋਂ 3-4 ਦੇ ਵਿੱਚ ਕਹਿੰਦੇ ਸਤਸੰਗ ਜੀ ਹੁਣ ਤੁਹਾਨੂੰ ਸੌਣ ਨਹੀਂ ਦੇਣਾ ਪਹਿਲਾਂ ਸੌ ਲਿਆ ਜਿੰਨਾ ਸੌ ਲਿਆ ਦੇ ਇਹ ਮਹਿਮਾਨ ਹਾਂਜੀ 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 ਸੁਣਾ ਰਹੇ ਅਜੇ ਤਾਂ 7 ਵਜੇ ਜਦੋਂ ਗੁਰੂ ਦੀਆਂ ਗੱਲਾਂ ਹੁੰਦੀਆਂ
ਉਹਦੀ ਕੀਰਤੀ ਹੁੰਦੀ ਫਿਰ ਟਾਈਮਿੰਗ ਨਹੀਂ ਦੇਖੀ ਜਾਂਦੀ ਫਿਰ ਤਾਂ ਪਿਆਰ ਦੇਖਿਆ ਜਾਂਦਾ ਠੀਕ ਹੈ ਜੀ ਤੁਸੀਂ ਸਾਰੇ ਪਿਆਰ ਵਾਲੇ ਹੋ ਔਰ ਤੁਸੀਂ ਸਾਡੇ ਤੋਂ ਚੰਗਾ ਗਾ ਰਹੇ ਇੰਨਾ ਸਾਥ ਦਿੱਤਾ ਅੱਛਾ ਲੱਗਦਾ ਇਸ ਤਰ੍ਹਾਂ ਲੱਗਦਾ ਕਿ ਅਸੀਂ ਇਸ ਧਰਤੀ ਦੇ ਨਹੀਂ ਅਸੀਂ ਬੈਕੁੰਠ 'ਚ ਬੈਠ ਕੇ ਗਾ ਰਹੇ ਹਾਂ ਕਿਉਂਕਿ ਇਹ ਸਮਾਂ ਮੇਰੇ ਖਿਆਲ ਕਿ ਸਾਰਿਆਂ ਨੂੰ ਜਿਨ੍ਹਾਂ ਦਾ ਧਿਆਨ ਲੱਗਾ ਹੋਇਆ ਉਹਨਾਂ ਨੂੰ ਭੁੱਲ ਗਿਆ ਹੋਏਗਾ ਕਿ ਘਰ ਕੀ ਕਰਨਾ ਸੀ ਫੋਨ ਕਰਨਾ ਸੀ ਕਿਸੇ ਨੇ ਆਉਣਾ ਸੀ ਪ੍ਰੈਜ਼ੀਡੈਂਟ ਹੈ ਹਾਂ ਜੀ ਇਹੋ ਹੀ ਸਿਰਫ ਸਲਾਹਣਾ ਹੈ ਜਦੋਂ ਸਾਡਾ ਮਨ ਸਭ ਪਾਸੋਂ ਹਟ ਕੇ ਸਿਰਫ ਇੱਕ ਜਗ੍ਹਾ ਲੱਗ ਜਾਵੇ ਉਹ ਸਿੱਧੀ ਤਾਰ ਗੁਰੂ ਨਾਨਕ ਨਾਲ ਜੁੜ ਜਾਂਦੀ ਹੈ ਸੋ ਇਹ ਸਮਾਂ ਬਹੁਤ ਸੁਹਾਵਣਾ ਹੋਇਆ ਜਨ ਹਰੀ ਜਨ ਹਰੀ ਤਨ ਹਰੀ ਜਨ ਹਰੀ ਤਨ ਜਨ ਹਰੀ ਤਨ ਜਨ ਹਰੀ ਤਨ ਹਰੀ ਗੋਪੀ ਹਰੀ
Ah.
بہت دھنیواد اسی آ کے
10 سال دیتا ہے گاندیا اگر من نہ گائے گا بھی تھکدا نہیں ہوندا تھکاوٹ نہیں ہوندی تھکدا ہوندا جدوں اچھا ہم سر تے پے گانے ہی پے بجانے کے سکدے نہیں ہر ویلے صاحب میرا نیت اس طرح اودی بانی بھی نہیں ہے یہ کدی پرانی نہیں ہو سکتی راگ بھی نئے ہیں تمہیں گاؤں والے بھی نئے ہیں وہ بھی کدی پرانی نہیں کیونکہ جدو گا گا کے گا گا کے گا گا کے پھر ادھر روح بن جاتا ہے ستگرو کہنا ہے کہ نانک یہ شریر اربان ہوا جن ستگرو سیوں چت لایا یہ باڈی بھی پرواہ ہو جاتی ہے امرت میں ہو جاتی ہے اسی اپنے استادوں کی سیوا کرتے سی جدو انہوں نے تھک جانا جو بیٹھ کے لتاں نوں دبانا موڈیاں نوں دبانا جدو سپرش ہوندا سی اس طرح لگدا سی اچھا اندروں آواز آ رہی اسی کدی سوچنا کہ ہے کہ ہو رہا بچے سی کہ اندروں اس طرح ایسا تھر تھراہ ہوئی ساؤنڈ گیا وہ کبھی نا سر دوبارے میں نام لا کے سنا اندروں ساؤنڈ آئی کیونکہ وہ روپ ہو گئے 24 گھنٹے میوزک دے بچے کوئی سما ایسا نہیں ستے ہوئے ایسے اٹھ رہے ایسا اٹھ جائے نہ پیر دام اٹھا جائے جس طرح نام جب جب کے جب جب کے مہاپرش بن جانا ہے اس طرح وہ راگ گا کر کے گا کر کے سنت فقیر بن جانا ہے تو پہلی بار بسم اللہ خان صاحب کو گیا تو پہلی ملاقات سکھن واسطے پہلے تو ملاقات ہوئی سی لیکن استاد شیر دے دربار سویر دا سمے سی تھوڑی بہت گل ہوئی انہیں کہیں دیکھا گیا بڑھا سارا پلنگ سی میں تھے چرنا چاہ رہا کہنے نہیں آپ ادھر آ گئے میں پڑھ پڑ تھلے بیٹھ گیا میں چٹائی وغیرہ میں ارے جاؤ بابا ہے میرا نام ہی لے بابا بابا ہے کچھ ناشتہ وغیرہ لے کے پھر ایسے ہی میلہ چل رہے ہیں انہیں جب وہ لائے میں ہاتھ بولنے میں آئے جی ہم کئی بار گھر کھاتے اپنے گھر کے بڑے خوش ہوئے کہتے ایک فقیر کو دوسرا فقیر مل گیا اور کہتے ہیں کہتے تمہارا پاسپورٹ بنا ہے میں چلو چلتے ہیں ایک ساتھ بیٹھے کے جائیں گے بنائیں گے پھر کئی جگہ سے پروگرام اکٹھے ہم گائے بجائے کیے ایسے گرو جن جنہوں نے درشن لی ٹائم نہیں ملتا درشن ہوتے ہیں ستگرو جی نے مہاراج جی نے استاد پیارا سنگھ جی لتا صاحب استاد مہندر سنگھ جی سارے نے بہت بچپن تو لے کے سارے پتا جی بہت اچھے گائک سن سانو گھر سکھا کرنے ملی ਅਸੀਂ ਸਾਰੇ ਭੈਣ ਭਰਾ ਦਾਦੀ ਦਾਦਾ ਪਿਤਾ ਜੀ ਮੌਕਾ ਸੀ ਰੋਜ਼ ਬੈਠ ਕੇ 6 ਚੰਦ ਅਸਰ ਜਵਾਬ ਦੇ ਲਾਉਂਦੇ ਸੀ ਤਾਂ ਅਸੀਂ ਪ੍ਰਸ਼ਾਦਾ ਛੱਕ ਕੇ ਸਕੂਲ ਜਾਂਦੇ ਸੀ ਔਰ ਅੱਜ ਵੀ ਉਹ ਬਰਕਰਾਰ ਹੈ ਅਸੀਂ ਅੱਜ ਵੀ ਹਰ ਰੋਜ਼ ਜਿੱਥੇ ਵੀ ਜਾਈਏ ਦੁਨੀਆ ਦੇ ਕੋਨੇ 'ਤੇ ਅਸਰ ਜਵਾਬ ਸੀ ਹੁਣ 6 ਦੇ 12 ਕਰ ਦਿੱਤੇ ਸੀ ਵੱਡੇ ਹੋ ਗਏ ਸੀ ਅਸਰ ਜਵਾਬ ਲੱਗਦੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੋ ਬਖਸ਼ਿਸ਼ ਕਰ ਰਹੇ ਹਨ ਸਾਰਿਆਂ ਨੂੰ ਜੋ ਮੰਗਾ ਹੈ ਠਾਕੁਰ ਆਪਣੇ 'ਤੇ اندر ایک اچھا بنا ہے کہ میں وہ راگ گانے ہیں وہ کیرتن کرنا ہے جو گرو نانک دیو کرتے سن بھائی مردانا جی کرتے سن بھائی ستہ برمن کرتے سن گرو پنجویں پاتشاہ کرتے ہیں گرو گوبند سنگھ مہاراج کرتے بھائی سمن سنگھ کرتے سن بھائی کرم سنگھ زخمی بھائی منویر سنگھ جی کرتے سن وہ نہیں کرنا کہ جا کرنا جھوٹا بنا ہے وہ سننا ہے وہ کرنا ہے جب گرو نانک خوش ہونا ہے یہ جنم لیا ہے ان خوش کرنے واسطے کوئی کسی طرح کچھ کرتا ہے کوئی کسی طرح اسی انہوں گا کے کیونکہ انہیں سمجھ گیا ہے میں گا کے رب رب نے پایا ہے تھی بھی گاؤ آؤ میرے کو بخشش کرتا ہے بہت بہت آپ نے بڑی کرپا کی منویر سنگھ منراج سنگھ بڑا پیارا بچہ ہے نیو جرسی پہلی بار ملے سی کئی بار گنیت نہ ہی یہ میسج آتے سن ਮੈਨੂੰ ਕਹਿੰਦੀ ਸੀ ਉਸਤਾਦ ਜੀ ਤੁਹਾਡੇ ਪੁੱਤਰੇ ਸ਼ਗਿਰਦ ਹੈ ਸਾਡੇ ਬਹੁਤ ਚੰਗੀ ਗੱਲ ਹੈ
ਕੋਈ ਕਿਤੋਂ ਵੀ ਸਿੱਖੇ ਲੇਕਿਨ ਇਸ ਪਾਸੇ ਜੁੜਿਆ ਹੈ ਲੱਗਾ ਹੋਇਆ ਬਹੁਤ ਚੰਗਾ ਉਹ ਦਿਨ ਮਿਲੇ ਮੈਨੂੰ ਕਿਹਾ ਨਾ ਯਾਰ ਤੇਰਾ ਸ੍ਰੀ ਬਾਬਾ ਆਵਾਜ਼ ਵੀ ਬਾਬਾ ਹੋਣੀ ਆ ਪਿੱਛੇ ਬਹਿ ਕੇ ਆਸਾ ਦੀਵਾਜ਼ ਪੜ੍ਹਾਏ ਇਕੱਠੇ ਫਿਰ ਵਧੀਆ ਰਿਹਾ ਬਹੁਤ ਸੋਹਣਾ ਅੱਛਾ ਲੱਗਾ ਮੈਂ ਪਿਆਰ ਦਿੱਤਾ ਔਰ ਅੱਜ ਇੱਥੇ ਅਸੀਂ ਆਏ ਹਾਂ ਸਭ ਦੀ ਇੱਛਾ ਹੁੰਦੀ ਹੈ ਕਿ ਆਉਂਗੇ ਫਿਰ ਅਸੀਂ ਘਰ ਬੈਠਾਂਗੇ ਸਤਸੰਗ ਕਰਾਂਗੇ ਕੀਰਤੀ ਕਰਾਂਗੇ ਗਾਵਾਂਗੇ ਵਜਾਵਾਂਗੇ ਸੋ ਅੱਜ ਇਹਨਾਂ ਦੀ ਪਰਿਵਾਰ ਦੀ ਇੱਛਾ ਹੋਈ ਪੂਰੀ ਪੂਰੀ ਆਸਾ ਜੀ ਮੇਰੀ ਮਨਸਾ ਮੇਰੇ ਰਹਿ ਇੱਛਾ ਬੜਿਆਂ ਦੀ ਹੁੰਦੀ ਹੈ ਲੇਕਿਨ ਪੂਰੀ ਨਹੀਂ ਹੁੰਦੀ ਸਾਰੀ ਉਹ ਇੱਛਾ ਅੱਛਾ ਕਰਦੇ ਹਾਂ ਨਹੀਂ ਕਰਦੇ ਆਪਸ ਵਿੱਚ ਇੱਕ ਮਨ ਨਹੀਂ ਬਣਦਾ ਸਾਰਿਆਂ ਦਾ ਫਿਰ ਰਹਿ ਜਾਂਦਾ ਨਹੀਂ ਸਭ ਕੋਈ ਕਹਿੰਦੇ ਜਦੋਂ ਅੱਛੀ ਇੱਛਾ ਤੁਹਾਡੇ ਅੰਦਰ ਪੈਦਾ ਹੋਵੇ ਤਾਂ ਉਹਨੂੰ ਕਰ ਲਓ ਫਟਾਫਟ ਹੋ ਸਕਦਾ ਉਹ ਮਨ ਚੇਂਜ ਹੋ ਜਾਂਦਾ ਬੁਰੀ ਬੁਰਾ ਖਿਆਲ ਆਉਂਦਾ ਤਾਂ ਉਹਨੂੰ ਡਿਲੇ ਕਰੋ ਅੱਛਾ ਖਿਆਲ ਆਉਂਦਾ ਤਾਂ ਫਟਾਫਟ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਉਹ ਗੁਰੂ ਵਾਲੀ ਗੱਲ ਹੈ ਉਹਦੇ ਨਾਲ ਗੁਰੂ ਦਾ ਪਿਆਰ ਮਿਲੇਗਾ ਹਾਜ਼ਰੀਆਂ ਲਿਖੀਆਂ ਜਾਣਗੀਆਂ ਸੋ ਬਹੁਤ ਚੰਗਾ ਅੱਜ ਚਾਨਾ ਸਾਹਿਬ ਕਿੰਨੇ ਸਾਲ ਹੋ ਗਏ ਜੀ ਮਿਲਿਆ ਨੂੰ ਥੈਂਕ ਯੂ ਥੈਂਕ ਯੂ ਉਹ ਤੋਂ ਬਾਅਦ ਕਰ ਰਹੇ ਮਾਤਾ ਜੀ ਵੀ ਨਾਲ ਬੈਠੇ ਉੱਥੇ ਮਿਲਦੇ ਹੁੰਦੇ ਸਨ ਭਾਰਤ ਜੋਧੀ ਕਲਾ ਦਿੱਲੀ ਇਹਨਾਂ ਇੱਕ ਵਾਰੀ ਮੈਨੂੰ ਵੱਡੇ ਸਾਹਿਬਜ਼ਾਦਿਆਂ ਦਾ ਦਿੱਲੀ ਕਮੇਟੀ ਮਨਾਉਂਦੀ ਹੈ ਬੁਰਗ ਦਸੰਬਰ ਜਾਂਦਾ ਅਤੇ ਆਪਣਾ ਇਸ ਤਰ੍ਹਾਂ ਕੈਮਰਾ ਲੈ ਕੇ ਪਹੁੰਚਦੇ ਹਾਂ ਹੁਣ ਤਾਂ ਬਜ਼ੁਰਗ ਹੋ ਗਿਆ ਹਰ ਜਗ੍ਹਾ ਮਤਲਬ ਆਪਣਾ ਸਟੈਂਡ ਲੈ ਕੇ ਉੱਥੇ ਬੈਠੇ ਕੀਰਤਨ ਹੋ ਰਿਹਾ ਸੀ ਮੈਨੂੰ ਕਹਿੰਦੇ ਮੈਂ ਹਰ ਵਾਰੀ ਆਉਣਾ ਹੈ ਉਹੋ ਹੀ ਟਿਊਨਾਂ ਹੁੰਦੀਆਂ ਉਹੋ ਹੀ ਸ਼ਬਦ ਹੁੰਦੇ ਕੁਛ ਨਵਾਂ ਸੁਣਨ ਨੂੰ ਮਿਲ ਜਾਂਦਾ ਮੈਂ ਰਿਕਾਰਡ ਕਰਕੇ ਲੈ ਜਾਣਾ ਮੈਂ ਤਾਂ ਤੁਹਾਨੂੰ ਅਸੀਂ ਨਵਾਂ ਸੁਣਾਵਾਂਗੇ ਮਤਲਬ ਨਵਾਂ ਨਹੀਂ ਤੁਹਾਡੇ ਵਾਸਤੇ ਨਵਾਂ ਹੋਏਗਾ ਹੋਏਗਾ ਪੁਰਾਤਨ ਅਸੀਂ ਗਾਇਆ ਰੱਤੇ ਇਸ ਕੁਕਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਅਤੇ ਬੋਏ ਪਾਰਦੀਏ ਆਪ ਲੀਏ ਲੜਦਾਏ ਦਰ ਦਰਵੇ ਸੇ ਤਿੰਨ ਧੰਜਣੇ ਵੀ ਨਾਮ ਫਿਰ ਬੜੇ ਖੁਸ਼ ਹੋਏ ਬੜਾ ਪਿਆਰ ਦਿੱਤਾ ਕਹਿੰਦੇ ਮੈਂ ਇਹ ਰੀਤ ਪਹਿਲੀ ਵਾਰੀ ਸੁਣੀ ਹੈ ਮੈਂ ਅਸੀਂ ਬੜੀ ਸਾਲਾਂ ਬਾਅਦ ਗਾਈ ਇੰਨੀਆਂ ਰੀਤਾਂ ਹਜ਼ਾਰਾਂ ਸਾਡੇ ਗੁਰੂ ਜਨ ਕੋਈ ਕਾਪੀ ਨਹੀਂ ਕੋਈ ਰਿਕਾਰਡ ਨਹੀਂ ਕਰਨ ਦਿੰਦੇ ਸਨ ਕਹਿੰਦੇ ਜੋ ਕਰਨਾ ਇੱਥੇ ਕਰੋ ਕਾਪੀ ਰਿਕਾਰਡ ਕਰੋਗੇ ਮਤਲਬ ਤੁਸੀਂ ਡਿਪੈਂਡਡ ਹੋ ਗਏ ਉਹ ਭੁੱਲ ਜਾਏਗਾ ਤੁਹਾਨੂੰ ਕਦੀ ਨਹੀਂ ਯਾਦ ਹੋਇਆ ਇੱਥੇ ਰਿਕਾਰਡ ਕਰ ਲਓ ਹੁਣ ਬੈਠੇ ਹਾਂ ਕਈ ਸ਼ਬਦ ਯਾਦ ਆ ਰਹੇ ਆ ਇਹ ਵੀ ਗੱਲ ਮੈਂ ਸ਼ੁਰੂ ਕਰਨ ਲੱਗਿਆ ਫਿਰ ਸੋਚਿਆ ਨਹੀਂ ਪ੍ਰਸ਼ਾਦੇ ਦੀ ਭੁੱਖ ਲੱਗੀ ਹੋਣੀ ਹੈ ਕਈ ਮੈਂ ਦੇਖਿਆ ਵੀ ਇਸ ਤਰ੍ਹਾਂ ਸਾ ਕਰ ਰਿਹਾ ਅੱਗੇ ਹੁਣ ਠੀਕ ਹੈ ਬਹੁਤ ਧੰਨਵਾਦ ਜੀ ਨਾਲ ਸਭ ਪੜ੍ਹੀਏ ਕਿ ਉਸ ਤੇ ਦੱਸ ਕਰਨੀ ਠੀਕ ਹੈ ਸ੍ਰੀ ਹਰਿ ਕ੍ਰਿਸ਼ਨ ਤੇ ਆਏ ਸਾਰੇ ਗਾਣਾ ਜੀ ਰਲ ਕੇ ਗਾਵਾਂਗੇ ਕਿਉਂਕਿ ਤੁਸੀਂ ਮੈਂ ਕਹਿ ਸਰੋਤੇ ਨਹੀਂ ਹੋ ਤੁਸੀਂ ਗਾਇਕ ਹੋ ਸਾਰੇ ਬੈਠੇ ਸ੍ਰੀ ਹਰਿ ਕ੍ਰਿਸ਼ਨ ਤੇ ਜਿਸ ਡਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਏ ਖੜੇ ਖੜੇ ਗਾਈ ਚਲੋ ਤੇ ਆਏ ਜਿਸ ਡਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਇੱਕ ਵਾਰੀ ਅਸੀਂ ਗਾਣੇ ਜੀ ਸ੍ਰੀ ਹਰਿ ਕ੍ਰਿਸ਼ਨ ਤੇ ਆਏ ਸ੍ਰੀ ਹਰਿ ਜਿਸ ਡਿੱਠੇ ਸਭ ਦੁੱਖ ਜਾਏ ਜਿਸ ਡਿੱਠੇ ਸ੍ਰੀ ਹਰਿ ਕ੍ਰਿਸ਼ਨ ਜਿਸ ਡਿੱਠੇ ਸਭ ਦੁੱਖ ਜਾਏ ਜਿਸ ਡਿੱਠੇ
सब दुख जाए हो जिस दिते सब दुख जाए श्री हरि कृष्ण दयाले श्री हरि दयाले जिस दिते सब दुख हरे कृष्ण दया श्री हरे कृष्ण दया 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 जिस डेट जिस डेट सब दुख जाए सब दुख जाए श्री हरे कृष्ण दया Thank you.
सदगुरु ता पाया सहज से ते सदगुरु ता पाया सहज से ते मन बदलिया वाहे गुरु जी की फतेह।